ਕਿੰਨਾ ਟਾਈਮ ਲੱਗ ਜਾਂਦਾ ਵਾ ਇਹਨੂੰ ਤਿਆਰ ਕਰਨ ਵਿੱਚ? ਇਹਨੂੰ ਸਰ ਜੀ ਤਿਆਰ ਵਿੱਚ ਤਕਰੀਬਨ ਜਦੋਂ ਕਾਸ਼ਤ ਕਰਦੇ ਹਾਂ ਉਸ ਤੋਂ ਲਾ ਕੇ ਅੱਜ ਤੱਕ 4 ਕੁ ਮਹੀਨੇ ਹੋ ਜਾਂਦੇ ਨੇ ਇਹਨੂੰ। ਅੱਛਾ, ਚਾਰ ਮਾਹ ਵਿੱਚ ਇਹ ਤਿਆਰ ਹੋ ਜਾਂਦਾ ਵਾ ਮਸਲਨ? ਜੀ ਜੀ। ਠੀਕ ਠੀਕ। ਅਤੇ ਇਹ ਕਿੰਨੀ ਔਸਤ ਤੁਹਾਨੂੰ ਦੇ ਜਾਂਦਾ ਵਾ ਤਕਰੀਬਨ? ਤੁਸੀਂ ਮੇਰੇ ਖਿਆਲ 'ਚ ਕਨਾਲ ਜਗ੍ਹਾ ਲਾਈ ਹੈ। ਇਹ ਸਰ ਜੀ ਜੇ ਖਰਚਾ ਕੀਤਾ ਹੋਵੇ ਤਾਂ ਫਿਰ ਅੱਲਾ ਦੇ ਹੁਕਮ ਨਾਲ ਚੰਗੇ ਭਲੇ ਪੈਸੇ ਬਣ ਜਾਂਦੇ ਨੇ, ਇਹਦੇ ਵਤਨ ਚੰਗਾ ਭਲਾ ਹੋ ਜਾਂਦਾ ਹੈ। ਅੱਛਾ, ਮਸਲਨ ਕਿ ਕਨਾਲ ਦੇ ਵਿੱਚੋਂ ਕੋਈ 15-20 ਮਨ ਆ ਜਾਂਦੀ ਹੈ? ਆ ਜਾਂਦੀ ਹੈ। ਠੀਕ ਹੋ ਗਿਆ। ਹਾਂਜੀ ਹਾਂਜੀ। ਅਤੇ ਇਹ 15-20 ਮਨ ਆ ਜਾਂਦੀ? ਜੀ ਹਾਂ। ਠੀਕ ਠੀਕ। ਅਸਲਾਮ ਅਲੈਕਮ ਦੋਸਤੋ, ਅੱਜ ਹਮ ਆਏ ਹੈ 260 ਚੱਕ ਮੇ। ਯਹਾਂ ਪੇ ਇੱਕ ਦੋਸਤ ਨੇ ਥੋਮ ਕੀ ਕਾਸ਼ਤ ਕੀ ਹੈ, ਔਰ ਹਮ ਆਪਕੋ ਉਨਕੇ ਸਾਥ ਮਿਲਵਾਤੇ ਹੈ ਔਰ ਉਨਸੇ ਪੁੱਛਤਾਛ ਕਰਤੇ ਹੈ ਕਿ ਕੈਸੇ ਉਨ੍ਹੋਂਨੇ ਜ਼ਮੀਨ ਤਿਆਰ ਕੀ ਹੈ ਔਰ ਕੈਸੇ ਉਨ੍ਹੋਂਨੇ ਥੋਮ ਕੀ ਕਾਸ਼ਤ ਕੀ ਹੈ। ਆਈਏ। ਵਾਲੇਕੁਮ ਸਲਾਮ ਜੀ। ਅੱਛਾ, ਤੁਸੀਂ ਸਾਨੂੰ ਥੋੜ੍ਹੀ ਜਿਹੀ ਮਾਲੂਮਾਤ ਦਿਓ ਕਿ ਇਹ ਤੁਸੀਂ ਥੋਮ ਦੀ ਕਾਸ਼ਤ ਕੀਤੀ ਹੈ, ਇਹ ਰਕਬੇ 'ਚ ਜ਼ਮੀਨ 'ਚ ਹਲ ਕਿੰਨੇ ਚਲਾਏ ਨੇ ਔਰ ਕੀ ਕਿੱਦਾਂ ਕਾਸ਼ਤ ਕੀਤਾ ਵਾ, ਥੋੜ੍ਹਾ ਜਿਹਾ ਮਾਲੂਮਾਤ ਦਿਓ ਸਾਨੂੰ। ਇਹ ਸਰ ਜੀ 2-3-4 ਹਲ ਮਾਰੇ ਨੇ, 3-4 ਹਲ ਲਏ ਨੇ, ਇਹਦੇ ਵਿੱਚ ਫਿਰ ਰੂਟਾਵਾਟਰ ਮਾਰਿਆ, ਰੂੜੀ ਪਾਈਏ ਜੀ ਸਰ। ਅੱਛਾ ਜੀ। ਅਤੇ ਉਸ ਤੋਂ ਬਾਅਦ ਜੀ DAP ਪਾਈਏ। ਅੱਛਾ। DAP ਪਾ ਕਰਕੇ ਉਸ ਤੋਂ ਬਾਅਦ ਸਰ ਜੀ ਇਹ ਕਿਆਰੀਆਂ ਬਣਾਈਆਂ ਨੇ ਛੋਟੀਆਂ ਛੋਟੀਆਂ। ਅੱਛਾ ਜੀ। ਅਤੇ ਕਿਆਰੀਆਂ ਬਣਾ ਕੇ ਸਰ ਜੀ ਇਹ ਆਮ ਕੋਈ ਦੇਸੀ ਲਸਣ ਹੈਗਾ ਬੀਜ ਜਿਹੜਾ ਲਾਇਆ ਹੈ। ਅੱਛਾ। ਅਤੇ ਇਹਦੇ ਵਿੱਚ ਤੁਸੀਂ ਖਾਦ ਕਿੰਨੀ ਪਾਈ ਹੈ ਇਹਦੇ ਵਿੱਚ? ਖਾਦ DAP ਸਰ ਜੀ ਇਹਦੇ ਵਿੱਚ ਕੋਈ 2-2 ਕਿਲੋ ਪਾਈ ਹੈ ਇੱਕ ਕਿਆਰੀ ਦੇ ਵਿੱਚ। ਅੱਛਾ, ਕਿਆਰੀ ਦੇ ਵਿੱਚ। ਹਾਂਜੀ। ਠੀਕ ਹੋ ਗਿਆ। ਅਤੇ ਬੀਜ ਇਹਦੇ ਵਿੱਚ ਕਿਹੜਾ ਲਾਇਆ ਵਾ? ਇਹ ਆਮ ਦੇਸੀ ਜਿਹਾ ਬੀਜ ਹੈਗਾ ਉਹ ਲਾਇਆ ਜੀ। ਅਤੇ ਇਹਦੇ ਵਿੱਚ ਤੁਸੀਂ ਹੋਰ ਕੀ ਚੀਜ਼ਾਂ ਜਿਹੜੀਆਂ ਨੇ ਪਾਈਆਂ ਨੇ ਖਾਦ ਤੋਂ ਇਲਾਵਾ? ਖਾਦ ਤੋਂ ਇਲਾਵਾ ਸਰ ਜੀ ਇਹਨੂੰ ਗੋਡੀਆਂ ਕੀਤੀਆਂ ਨੇ ਅਤੇ ਸੁਆਹ ਜਿਹੜੀ ਗੋਹਿਆਂ ਦੀ ਹੈਗੀ। ਅੱਛਾ। ਉਹ ਬਣਾ ਕੇ ਪਾਉਂਦੇ ਹਾਂ ਜੀ। ਅੱਛਾ, ਗੋਹੇ ਦੀ ਸੁਆਹ ਪਾਈ ਤੁਸੀਂ? ਹਾਂਜੀ। ਅੱਛਾ ਦੋਸਤੋ, ਇਹਨਾਂ ਨੇ ਜਿਹੜਾ ਗੋਬਰ ਨਹੀਂ ਹੁੰਦਾ ਭੈਂਸਾਂ ਵਗੈਰਾ ਦਾ, ਉਹਦੀ ਬਣਾ ਕੇ ਸੁਆਹ ਜੀ ਉਹ ਇਹਦੇ ਵਿੱਚ ਪਾਈ ਹੈ ਔਰ ਖਾਦ ਵਗੈਰਾ ਵੀ ਇਹਨਾਂ ਨੇ ਪਾਈ ਹੈ। ਅਤੇ ਹੋਰ ਭਾਈ ਉਹਨਾਂ ਨੂੰ ਪੁੱਛਦੇ ਹਾਂ ਕਿ ਇਹ ਇਹਨਾਂ ਨੇ ਕੀ ਇਹਨਾਂ ਦੇ ਵਿੱਚ ਜਿਹੜਾ ਨਾ ਪਾਇਆ ਕਿ ਬਿਹਤਰੀਨ ਬਹੁਤ ਅੱਛਾ ਜਿਹੜਾ ਨਾ ਸਾਨੂੰ ਨਜ਼ਰ ਆ ਰਿਹਾ ਵਾ ਕਿ ਇਹਦੇ 'ਚ ਤੁਸੀਂ ਹੋਰ ਕੀ ਪਾਇਆ? ਹੋਰ ਸਰ ਜੀ ਹੁਣ ਗੋਡੀਆਂ ਪਾਈਆਂ ਨੇ। ਅੱਛਾ, ਗੋਡੀ ਇਹਨਾਂ ਨੂੰ ਤੁਸੀਂ ਗੋਡੀ ਕੀਤੀ ਹੈ? ਹਾਂਜੀ। ਗੋਡੀ ਇਹ ਤੁਸੀਂ ਕਿਹੜੀ ਚੀਜ਼ ਨਾਲ ਕੀਤੀ ਹੈ? ਇਹਦੇ ਨਾਲ ਇੱਕ ਬਣੀ ਹੁੰਦੀ ਹੈ ਜੀ, ਹਲੜੀ ਜੀ ਬਣੀ ਹੁੰਦੀ ਹੈ ਲੋਹੇ ਦੀ ਔਰ ਰਮੀਆਂ ਨਾਲ ਕਰਦੇ ਹਾਂ। ਹਾਂਜੀ। ਇਹਨੂੰ ਤੁਸੀਂ ਰੰਬੀ ਨਾਲ ਗੋਡੀ ਕਰਦੇ ਹੋ? ਜੀ ਹਾਂ। ਅਤੇ ਇਹ ਆਪਣਾ ਕਿੰਨਾ ਟਾਈਮ ਲੱਗ ਜਾਂਦਾ ਵਾ ਇਹਨੂੰ ਤਿਆਰ ਕਰਨ ਵਿੱਚ? ਇਹਨੂੰ ਸਰ ਜੀ ਤਿਆਰ ਵਿੱਚ ਤਕਰੀਬਨ ਜਦੋਂ ਕਾਸ਼ਤ ਕਰਦੇ ਹਾਂ ਉਸ ਤੋਂ ਲਾ ਕੇ ਅੱਜ ਤੱਕ 4 ਕੁ ਮਹੀਨੇ ਹੋ ਜਾਂਦੇ ਨੇ ਇਹਨੂੰ। ਅੱਛਾ, ਚਾਰ ਮਾਹ ਵਿੱਚ ਇਹ ਤਿਆਰ ਹੋ ਜਾਂਦਾ ਵਾ ਮਸਲਨ? ਜੀ ਜੀ। ਠੀਕ ਠੀਕ। ਅਤੇ ਇਹ ਕਿੰਨੀ ਔਸਤ ਤੁਹਾਨੂੰ ਦੇ ਜਾਂਦਾ ਵਾ ਤਕਰੀਬਨ? ਤੁਸੀਂ ਮੇਰੇ ਖਿਆਲ 'ਚ ਕਨਾਲ ਜਗ੍ਹਾ ਲਾਈ ਹੈ। ਇਹ ਸਰ ਜੀ ਜੇ ਖਰਚਾ ਕੀਤਾ ਹੋਵੇ ਤਾਂ ਫਿਰ ਅੱਲਾ ਦੇ ਹੁਕਮ ਨਾਲ ਚੰਗੇ ਭਲੇ ਪੈਸੇ ਬਣ ਜਾਂਦੇ ਨੇ, ਇਹਦੇ ਵਤਨ ਚੰਗਾ ਭਲਾ ਹੋ ਜਾਂਦਾ ਹੈ। ਅੱਛਾ, ਮਸਲਨ ਕਿ ਕਨਾਲ ਦੇ ਵਿੱਚੋਂ ਕੋਈ 15-20 ਮਨ ਆ ਜਾਂਦੀ? ਆ ਜਾਂਦੀ। ਠੀਕ ਹੋ ਗਿਆ। ਹਾਂਜੀ ਹਾਂਜੀ। ਅਤੇ ਇਹ 15-20 ਮਨ ਆ ਜਾਂਦੀ? ਜੀ ਹਾਂ। ਠੀਕ 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 ਹੈ। ਅਤੇ ਇਹ ਆਪਣਾ ਹੋਰ ਤੁਸੀਂ ਇੱਥੇ ਕੀ ਕਾਸ਼ਤ ਕੀਤਾ ਉਹ ਛਾਪਰਾਂ ਜਾਂ ਦੇ ਥੱਲੇ? ਚਲੋ ਸਾਨੂੰ ਵੀ ਦਿਖਾਓ ਜ਼ਰਾ। ਥੋੜੇ ਜਿਹੇ ਰੁਕ ਗਏ ਸੀ ਸਰਦੀ ਦੀ ਵਜ੍ਹਾ ਨਾਲ। ਦੋਸਤੋ, ਇਹਨਾਂ ਨੇ ਟਮਾਟਰ ਵੀ ਇੱਥੇ ਕਾਸ਼ਤ ਕੀਤੇ ਨੇ ਤੇ ਤਕਰੀਬਨ ਪੌਦੇ ਬਿਹਤਰੀਨ ਪੌਦੇ ਨੇ। ਦੂਸਰੇ ਇਹਨਾਂ ਨੇ ਉੱਥੋਂ ਢਕੇ ਹੋਏ ਨੇ ਕਿਉਂਕਿ ਸਰਦੀ ਦੀ ਵਜ੍ਹਾ ਤੋਂ ਖਰਾਬ ਨਾ ਹੋਣ, ਇਸ ਵਾਸਤੇ ਇਹਨਾਂ ਨੇ ਇਹ ਉੱਤੇ ਜਿਹੜਾ ਨਾ ਥੋੜ੍ਹਾ ਜਿਹਾ ਸੇਫਟੀ ਕੀਤੀ ਹੈ ਅਤੇ ਬਹੁਤ ਬਿਹਤਰੀਨ ਬੂਟੇ ਨੇ। ਅੱਛਾ, ਇਹ ਤੁਸੀਂ ਕਾਸ਼ਤ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਤੁਸੀਂ ਕਾਸ਼ਤ ਕੀਤੇ ਨੇ? ਇਹਨਾਂ ਨੂੰ ਸਰ ਜੀ ਹੋ ਗਿਆ ਕਿ 2 ਕੁ ਮਹੀਨੇ।
प्याज वगैरा आलू भी काश्त कीते दोस्तो इन्होंने प्याज काश्त किए ने आओ इन्हों पुछते हैं कि इन्होंने किस तरीके काश्त किए ने और ये इन्होंने केड़ी केड़ी चीज़ ये जमीन के पाई है खाद वगैरह या जो भी होंगे वा प्रोसीजर वो इन्हों पुछ के तुम दस दें। अच्छा भाई ना ये प्याज जड़ा लाया वा ये रकबा तैयार किया किस तरीके किया वा ये सर जी किया है कि इनू कोई तीन चार हल ला के जमीन सुको के तैयार की है। अच्छा जी मुड़ के रूड़ी पाई है ये उस तो बाद सर जी DAP सुट के थले ते खेला बना के ते पनीरी काश्त की थी असी आप बीज के ते मुड़ के तैयार कर के तुसी ए अपने घर दा बीज तैयार किया। हां घर दा बीज तैयार किया सर जी। सही ते ए अपना ए इते खर्चा तुहाडा किन्ना का आ गया तकरीबन? इस ते खर्चा तकरीबन आ जांदा है सर जी कोई 7-8 हज़ार आ जांदा है एक पैली दा। पहली का 7-8 हज़ार रुपया खर्चा आ जाए। हाँ जी फिर तो मुनासिब भी है खर्चा तकरीबन। एक पहली के किन्नी औसत आ जाती है? ये तकरीबन 50-60 मन आ जाती है। 50-60 मन एक एकड़ आ जाती है? एक एकड़। ठीक ठीक तो ये अपना जरा वा ये पटाई किस टाइम कर दे? पटाई जी होनी है चौथे महीने। चौथे अप्रैल में? अप्रैल। ठीक अप्रैल में पटाई शुरू कर देनी है जी। हाँ ठीक हो गया तो अपना उस तो बाद इनू पटाई करके फिर ये तुसी इनू की कर दे हो मसलन ते? मतलब उतो ये कटाई कर दे दिया जेड़ियां पूका दे थंडियां ने थलो। अच्छा। जड़ा होंदियां ने ओ भी कटाई कर दे हां। अच्छा खूबसूरत जिया बना के फिर बेच दे इनू। अच्छा फिर तुसी इनू सेल कर दंदे हो? जी हां। ठीक इत्थे सेल कर दे हो या मंडी वगैरह लेके जांदे? इत्थे कोई पैसे चंगे लब जान ते इत्थे सेल कर दे हां, ना लबण ते फिर मंडी सुटने पैंदे ने। ठीक मंडी ले जांदे हो? जी हां। ठीक हो गया दोस्तो ये तुहानू असीं थोम की इन्हों की काश्त दिखाईए और ये जड़े है अपना प्याज हैगा वा इन्हों की तुहानू दिखाईए तो इंशाल्लाह इस तरह तुहानू अच्छी अच्छी जड़िया वीडियो असी बना के जड़ा वा अपना करांगे चैनल ते देंगे। तुसी सारे चैनल नू सब्सक्राइब करना वा और सानू सपोर्ट करनी है ते तुहाडी सपोर्ट नाल इंशाल्लाह असी अगे चलांगे और इस तों बेहतर वीडियो जड़िया ना तुहानू मिलेगी।